ਸਾਡੇ ਵਿਊਅਰਸ ਨੂੰ ਯਾਰ ਸਸਤੀ ਦੇਣੀ ਚਾਹੀਦੀ ਸਾਨੂੰ ਸਰਪ੍ਰਾਈਜ਼ ਦੱਸਦੀ ਹੈ ਦੱਸ ਦਿਓ ਕੱਟ ਨਹੀਂ ਦਿਸੇਗਾ ਕੋਈ ਕੁਛ ਨਹੀਂ ਦਿਸੇਗਾ ਕਿਉਂਕਿ ਪ੍ਰੋਪਰਲੀ ਚੂਜ਼ਨ ਹੈ ਅਤੇ ਓਜ਼ੋਨ ਵਾਸ਼ਡ ਹੈ ਸੈਂਡਵਿਚ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੀ ਇਹਨਾਂ ਦੀ ਔਰਗੈਨਿਕ ਸਬਜ਼ੀ ਇਸ ਚੀਜ਼ ਦੇ ਸੈਂਡਵਿਚ ਬਣੇ ਤੇ ਹੋਏ ਹਾਂਜੀ ਮੇਰੇ ਯਾਰ ਨਜ਼ਰ ਕੀ ਹਾਲ ਚਾਲ ਨੇ ਸਭ ਕੁਛ ਕਮਾਲ ਤੇ ਗਾਈਜ਼ ਅੱਜ ਦੇ ਇਸ ਵਲੌਗ 'ਚ ਅਸੀਂ ਆਏ ਹਾਂ ਫਰੈਸ਼ਕੋ ਪਲੱਸ ਫਰੈਸ਼ਕੋ ਪਲੱਸ ਮਤਲਬ ਇੱਕ ਜਗ੍ਹਾ ਹੈ ਪੀਪੀਆਰ ਮਾਰਕੀਟ ਦੇ ਵਿੱਚ ਉਹ ਤੁਸੀਂ ਇੱਧਰ ਕਿਆ ਬਾਤ ਹੈ ਓਵਰ ਐਕਟਿੰਗ ਚੈੱਕ ਕਰ ਰਹੇ ਹੋ ਸਕ੍ਰਿਪਟਡ ਕਹੀ ਨਹੀਂ ਹੋ ਸਕਦਾ ਦੇਖਦੇ ਅੰਦਰ ਕੀ ਗਰੋਸਰੀ ਵਗੈਰਾ ਮਿਲਦੀ ਤੇ ਖਾਣ ਪੀਣ ਦਾ ਕੀ ਕੀ ਸਮਾਨ ਹੈ ਤੇ ਇਹਨਾਂ ਦੀ ਓਜ਼ੋਨ ਲੇਅਰਿੰਗ ਬਾਰੇ ਦਾ ਕਨਸੈਪਟ ਕੀ ਕਾ ਇਹਨਾਂ ਨੂੰ ਸਭ ਤੋਂ ਅਲੱਗ ਕਰਦਾ ਚੈੱਕ ਕਰ ਰਹੇ ਕਨਸੈਪਟ ਕੀ ਹੈ ਤੇ ਹੁਣ ਅੱਛਾ ਇੱਧਰ ਹੀ ਗੱਲ ਹੈ ਚਲੋ ਚੈੱਕ ਕਰਕੇ ਦੇਖੀਏ ਗਾਇਜ਼ ਆ ਚੁੱਕੇ ਸਾਡੇ ਵਿੱਚ ਫਰੈਸ਼ਕੋ ਪਲੱਸ ਦੇ ਅਫੀਸ਼ਲੀ ਓਨਰ ਤੇ ਹੋਰ ਭਾਜੀ ਕੀ ਹਾਲ ਹੈ ਤੇ ਭਾਜੀ ਦੱਸੂਗੇ ਯੂਨੀਕ ਜਿਹਾ ਕਨਸੈਪਟ ਤੁਹਾਡੇ ਦਿਮਾਗ 'ਚ ਮਤਲਬ ਕਿੱਦਾਂ ਆਇਆ ਮੈਂ 4 ਸਾਲ ਕੈਨੇਡਾ ਰਿਹਾ ਹਾਂਜੀ ਉੱਥੇ ਆਪਾਂ ਦੇਖਦੇ ਹਾਂ ਫਰੂਟਸ ਤੇ ਵੈਜੀਟੇਬਲ ਮੈਂ ਉੱਥੇ ਮਾਰਕੀਟ ਤੋਂ ਲੈਣਾ ਵਾਲਮਾਰਟ ਵਗੈਰਾ ਹਾਂਜੀ ਤੇ ਉੱਥੇ ਦੀ ਕੁਆਲਿਟੀ ਤੇ ਇੱਥੇ ਦੀ ਕੁਆਲਿਟੀ ਦੇ ਵਿੱਚ ਬਹੁਤ ਫਰਕ ਸੀਗਾ ਤੇ ਹੁਣ ਮੈਂ ਬੇਸਿਕਲੀ ਵੈਸੇ ਤਾਂ ਹੈ ਤੇ ਜਲੰਧਰ ਹੀ ਹੁਣ ਲੋਕਡਾਊਨ ਦੇ ਵਿੱਚ ਜਦੋਂ ਆਇਆ ਤੇ ਜਦੋਂ ਆ ਕਰੋਨਾ ਦਾ ਟਾਈਮ ਆਇਆ ਆਪਾਂ ਦੇਖਿਆ ਹੈਲਥ ਦੀ ਬਹੁਤ ਜ਼ਰੂਰਤ ਹੈ ਕਿ ਫਿਰ ਥੋੜ੍ਹਾ ਜਿਹਾ ਮੈਂ ਦੇਖਿਆ ਪਲੱਸ ਫਿਰ ਮਸ਼ੀਨਰੀ ਸੀਗੀ ਉੱਥੇ ਮੈਂ ਦੇਖਿਆ ਕਿ ਓਜ਼ੋਨ ਤੇ ਅਲਟਰਾਸਾਊਂਡ ਵਾਸ਼ਿੰਗ ਹੋ ਰਹੀ ਹੈ ਫਿਰ ਉਹੀ ਚੀਜ਼ ਮੈਂ ਇੱਥੇ ਟਰਾਈ ਕੀਤੀ ਸਪੈਸ਼ਲੀ ਮੈਂ ਮਸ਼ੀਨਾਂ ਉਹਦੀਆਂ ਇੰਪੋਰਟ ਕਰਵਾਈਆਂ ਤੇ ਉਸ ਤੋਂ ਬਾਅਦ ਉਹਨੂੰ ਓਜ਼ੋਨ ਤੇ ਅਲਟਰਾਸਾਊਂਡ ਵਾਸ਼ਿੰਗ ਮਤਲਬ ਬੇਸਿਕਲੀ ਆਪਾਂ ਕਹੀਏ ਤਾਂ ਪੂਰਾ ਕੈਨੇਡਾ ਦਾ ਇੱਕ ਕਨਸੈਪਟ ਤੁਸੀਂ ਇੰਡੀਆ 'ਚ ਲੈ ਕੇ ਆਏ ਹੋ ਫਸਟ ਕਨਸੈਪਟ ਜਲੰਧਰ ਵਿੱਚ ਹੀ ਹੈ ਫਸਟ ਆਊਟਲੈਟ ਤੇ ਮਤਲਬ ਇਹਦੇ ਮਤਲਬ ਟਾਈਮਿੰਗਸ ਕੀ ਰਹਿੰਦੇ ਸਟੋਰ ਦੇ ਤੁਹਾਡੇ ਇਹ 24 ਘੰਟੇ ਖੁੱਲ੍ਹਾ ਸੱਤੇ ਦਾ ਅੱਛਾ 24/7 ਹੈ ਮਤਲਬ ਐਗਜ਼ੈਕਟਲੀ ਲੋਕੇਸ਼ਨ ਕਿਹੜੀ ਭਾਜੀ ਇਹਦੀ ਇਹ ਪੈਂਦਾ ਹੈ ਸ਼ਾਪ ਨੰਬਰ 9 ਪੀਪੀਆਰ ਮਾਰਕੀਟ ਪੀਪੀਆਰ ਮਾਲ ਤੇ ਭਾਜੀ ਮਤਲਬ ਤੁਹਾਡੇ ਜਿਹੜੇ ਮੈਨਿਊ ਉਹਦੇ ਵਿੱਚ ਕੋਈ ਸਪੈਸ਼ਲਿਟੀ ਸਪੈਸ਼ਲਿਟੀ ਇਦਾਂ ਹੈਗੀ ਆਪਾਂ ਵੀਟ ਬੇਸ ਪਾਸਤਾਸ ਪੀਜ਼ਾਸ ਵਗੈਰਾ ਇੰਟਰੋਡਿਊਸ ਕਰ ਰਹੇ ਹਾਂ ਕਿਉਂਕਿ ਸਾਡਾ ਮੇਨ ਕਨਸੈਪਟ ਹੀ ਹੈਲਥ ਨਾਲ ਰਿਲੇਟਡ ਹੈਗਾ ਸੋ ਆਪਾਂ ਮੈਦਾ ਨੂੰ ਵੀ ਜ਼ਿਆਦਾ ਪ੍ਰਮੋਟ ਬਿਲਕੁਲ ਨਹੀਂ ਕਰ ਰਹੇ ਹਾਂ ਲੋਕਾਂ ਦੇ ਟੇਸਟ ਹੁੰਦੇ ਵੀਲ ਬੀ ਕੀਪਿੰਗ ਦੈਟ ਬਟ ਸਾਡੀ ਜਿਹੜੀ ਪ੍ਰਮੋਸ਼ਨ ਹੈਗੀ ਹੈ ਵੀ ਪ੍ਰਮੋਟਿੰਗ ਵੀਟ ਬੇਸ ਮਲਟੀਗ੍ਰੇਨ ਪਾਸਤਾਸ ਪੀਜ਼ਾਸ ਲਾਈਵ ਆਈਸ ਕ੍ਰੀਮਸ ਵੀਲ ਬੀ ਗਿਵਿੰਗ ਡਾਈਟਰੀ ਸ਼ਾਰਟਸ ਸਾਡੇ ਡਾਈਟਰੀ ਸ਼ਾਰਟਸ ਹੋਣਗੇ ਕੰਬੂਚਾ ਟੀ ਹੋਏਗੀ ਫਿਰ ਸਾਰੀਆਂ ਸਬਜ਼ੀਆਂ ਫਰੂਟਸ ਵਗੈਰਾ ਮਤਲਬ ਜੇ ਕਿਸੇ ਰੈਸਟੋਰੈਂਟ ਨੇ ਇਦਾਂ ਕਮਰਸ਼ੀਅਲ ਯੂਜ਼ ਲਈ ਲੈਣਾ ਹੋਵੇ ਤਾਂ ਉਹਨਾਂ ਲਈ ਮਤਲਬ ਕੀ ਬੈਨੀਫਿਟਸ ਹੋਗੇ ਉਹਦਾ ਬੈਨੀਫਿਟ ਇਹ ਹੋਏਗਾ ਉਹਨਾਂ ਨੂੰ ਆਪਾਂ ਇੱਕ ਆਫੀਸ਼ੀਅਲ ਸਰਟੀਫਿਕੇਸ਼ਨ ਦੇ ਰਹੇ ਹਾਂ ਕਿ ਇਹ ਓਜ਼ੋਨ ਤੇ ਅਲਟਰਾਸਾਊਂਡ ਵਰਸ ਫਰੂਟਸ ਤੇ ਵੈਜੀਟੇਬਲਸ ਲੈ ਰਹੇ ਹਾਂ ਵਿਚ ਆਰ 95% ਐਜ਼ ਇਕੁਅਲ ਟੂ ਐਜ਼ ਆਰਗੈਨਿਕ ਕਿ ਤੁਸੀਂ ਨਾਰਮਲ ਰੇੜੀ ਤੋਂ ਕੋਈ ਸਬਜ਼ੀ ਲੈਣੀ ਹੋ ਜਾਂ ਕਿਸੇ ਵੀ ਜਨਰਲ ਸਟੋਰ ਜਿੱਦਾਂ ਕੋਈ ਨਾਰਮਲ ਸਟੋਰ ਹੋਵੇ ਤਾਂ 30 ਰੁਪਏ ਕਿਲੋ ਨਾਰਮਲ ਸਬਜ਼ੀ ਹੈਗੀ ਹੈ ਤੁਸੀਂ ਆਰਗੈਨਿਕ ਲੈਣੀ ਹੋ 300 ਰੁਪਏ ਕਿਲੋ ਮਿਲ ਜਾਂਦੀ ਹੈ ਹਾਂਜੀ ਸਾਡੇ ਰੇਟ ਹੈਗੇ 45 ਤੋਂ 50 ਰੁਪਏ ਕੁਝ ਸਬਜ਼ੀਆਂ ਦੇ ਰੇਟ ਉਸ ਤੋਂ ਵੀ ਘੱਟ ਰਹਿਣਗੇ ਜਿਹੜੇ ਤੁਸੀਂ ਰੇੜੀਆਂ ਤੋਂ ਲੈ ਮਤਲਬ ਭਾਈ ਕੋਈ ਤੁਹਾਡੀ ਵੈਬਸਾਈਟ ਵਗੈਰਾ ਕੋਈ ਇਦਾਂ ਸਾਡੀ ਵੈਬਸਾਈਟ ਹੈਗੀ ਆਫੀਸ਼ੀਅਲ ਵੈਬਸਾਈਟ ਹੈਗੀ freshcoplus.com ਦੇ ਨਾਮ ਦੀ ਸਾਡੀ ਐਪ ਸਟੋਰ ਤੇ ਵੀ ਹੈਗੀ ਹੈ ਫਰੈਸ਼ਨਾਮ ਪਲੱਸ ਸਾਡੀ ਪਲੇ ਸਟੋਰ ਤੇ ਵੀ ਹੈਗੀ ਹੈ freshcoplus ਐਪ ਦਾ ਲੋਗੋ ਤੁਹਾਨੂੰ ਸ਼ੋਅ ਹੋ ਰਿਹਾ ਹੈਗਾ ਐਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਤੇ ਤੁਸੀਂ ਉਹ ਐਪ ਤੋਂ ਸਰ ਆਰਡਰ ਵਗੈਰਾ ਵੀ ਆਪਾਂ ਕਰ ਸਕਦੇ ਹਾਂ ਆਰਡਰ ਤੁਸੀਂ ਕਰ ਸਕਦੇ ਹੋ 24 ਘੰਟੇ ਸੱਤੇ ਦੇ ਤੇ ਵੀਡੀਓ ਦੇ ਐਂਡ 'ਚ ਸਾਰੇ ਵਿਊਅਰਸ ਲਈ ਤੇ ਰੈਸਟੋਰੈਂਟ ਜਾਂ ਹੋਟਲਸ ਵਾਲਿਆਂ ਨੇ ਜੋ ਕਿ ਇਹ ਵੀਡੀਓ ਦੇਖ ਰਹੇ ਉਹਨਾਂ ਲਈ ਸਪੈਸ਼ਲ ਸਰਪ੍ਰਾਈਜ਼ ਹੈ ਜੋ ਕਿ ਵੀਡੀਓ ਦੇ ਲਾਸਟ 'ਚ ਦੱਸਾਂਗੇ ਤੇ ਥੈਂਕ ਯੂ ਭਾਜੀ ਹੁਣ ਆਪਾਂ ਦੇਖਦੇ ਹਾਂ ਤੁਹਾਡੇ ਮਤਲਬ ਜਿਹੜੇ ਫਰੂਟਸ ਵਗੈਰਾ ਮੈਂ ਇੱਧਰ ਦੇਖ ਰਿਹਾ ਸੀਗਾ ਤੋ ਸਰ ਜੋ ਆਪਕਾ ਸਾਰੇ ਜੋ ਫਰੂਟ ਵਗੈਰਾ ਇਹ ਸਾਰਾ ਮਤਲਬ ਇੰਪੋਰਟ ਕੀਤਾ ਜਾਂਦਾ ਹੈ ਕਿ ਮਤਲਬ ਆਪਕਾ ਸਾਰਾ ਲੋਕਲ ਹੀ ਹੈ ਸਰ ਹਮ ਟਰਾਈ ਕਰ ਰਹੇ ਹਾਂ ਕਿ ਆਪਕੋ ਆਲ ਇੰਟਰਨੈਸ਼ਨਲ ਫੂਡ ਯਹਾਂ ਪਰ ਅਵੇਲੇਬਲ ਕਰਾ ਕੇ ਦਿਆ ਜਾਏ ਬੈਸਟ ਕੁਆਲਿਟੀ ਕਾ ਫਰੂਟ ਆਪਕੋ ਮਿਲੇ ਰੀਜ਼ਨ ਕਿਆ ਹੈ ਕਿ ਲੋਕ ਅੱਜ ਕੀ ਡੇਟ ਮੈਂ ਆਪਕੋ ਪਤਾ ਹੈਲਥ ਕੌਨਸ਼ੀਅਸ ਹੈ ਹਮ ਲੋਗ ਕੀ ਕੋਸ਼ਿਸ਼ ਯਹੀ ਹੈ ਕਿ ਹਮ ਆਪਕੋ ਆਰਗੈਨਿਕ ਪ੍ਰੋਡਕਟ ਪ੍ਰੋਵਾਈਡ ਕਰੇ ਨਾਰਮਲ ਰੇਂਜ ਕੇ ਅੰਦਰ ਹਮਾਰੇ ਜਿਤਨੇ ਵੀ ਫੂਡ ਐਂਡ ਵੈਜੀਟੇਬਲਸ ਹੈ ਵੋ ਓਜ਼ੋਨ ਵਾਸ਼ਡ ਹੈ ਕੈਮੀਕਲ ਰਿਮੂਵ ਕਰਕੇ ਪੈਸਟੀਸਾਈਡ ਰਿਮੂਵ ਕਰਕੇ ਵੀਡੀਸਾਈਜ਼ ਰਿਮੂਵ ਕਰਕੇ ਔਰ ਫਰੂਟ ਕੇ ਉੱਪਰ ਲਾਈਕ ਮੈਂ ਆਪਕੋ ਸ਼ੋ ਕਰਨਾ ਚਾਹਤਾ ਹੂੰ ਜੈਸੇ ਐਪਲ ਹੈ ਆਪ ਲੋਗ ਦੇਖ ਰਹੇ ਹੋਗੇ इंडियन एप्पल के ऊपर वैक्स किया होता है इंटरनेशनल के ऊपर वैक्स किया होता है ये वैक्स फ्री है ये ऑल ओजोन वॉश है माइक्रोस्कोपिक लेवल पे हम इसको सफाई करते हैं और इसके अंदर पेस्टिसाइड को रिमूव किया जाता है आप देख सकते हैं एप्पल की क्वालिटी इस पर कोई वैक्स आपको नजर नहीं आएगी दिस इज़ फ्रॉम न्यूजीलैंड दिस इज़ फ्रॉम USA इज ऑलरेडी दैट यू कैन यू दिस लुक एट द क्वालिटी ऑफ द ग्रेप्स इट्स जस्ट लाइक लुकिंग लाइक अ टॉयज ਤੇ ਗਾਇਜ਼ ਹੁਣ ਆਪਾਂ ਹੁਣ ਕਰਦੇ ਹਾਂ ਸ਼ਾਪਿੰਗ ਵਗੈਰਾ ਕੁਝ ਫਰੂਟਸ ਵਗੈਰਾ ਦੇਖਦੇ ਹਾਂ ਕਿ ਕਿਹੜਾ ਕਿਹੜਾ ਫਰੂਟ ਵਧੀਆ ਹੈ ਤੇ ਆਪਾਂ ਲੈਣ ਲੱਗੇ ਹਾਂ ਵਾਈਟ ਲੀਚੀ ਸਾਰੀ ਤੁਸੀਂ ਦੀ ਕੁਆਲਿਟੀ ਦੇਖ ਸਕਦੇ ਹੋ ਕਿੰਨੀ ਨਾਈਸ ਕੁਆਲਿਟੀ ਹੈ ਸ਼ਾਈਨ ਦੇਖੋ ਇਹਨਾਂ ਦੀ ਜਿਹੜੀ ਰੈੱਡ ਸ਼ਿਮਲਾ ਮਿਰਚ ਕਹਿ ਸਕਦੇ ਹੋ ਆਰਟੀਫੀਸ਼ਲ ਲੱਗ ਰਿਹਾ ਨਾ ਜਿੱਦਾਂ ਲੇਕਿਨ ਪੂਰਾ ਜਿੱਦਾਂ ਟੋਇਸ ਨਹੀਂ ਹੁੰਦੇ ਹਾਂ ਟੋਇਸ ਦੇ ਨਾਲ ਲੱਗ ਰਿਹਾ ਹੈਗਾ ਇਹਨੂੰ ਗਾਇਜ਼ ਕੋਈ ਵੀ ਨਾਰਮਲ ਪਰਸਨ ਇਹਨੂੰ ਟੱਚ ਨਹੀਂ ਕਰ ਸਕਦਾ ਇਹ ਤਾਂ ਇਹਨਾਂ ਨੇ ਸਪੈਸ਼ਲ ਸਾਡੇ ਪਹਿਲੇ ਹੈ ਉਹ ਕਰਵਾਇਆ ਕਿ ਸਾਨੂੰ ਗਲਵਸ ਪਵਾ ਕੇ
ਪੂਰਾ ਗਿਆ ਕਿਉਂਕਿ ਜਮਸ ਨਾ ਲੱਗੇ ਇਹਦੇ ਉੱਤੇ ਕਿਉਂਕਿ ਇੱਕਦਮ ਫਰੈਸ਼ ਹੈ ਤੁਸੀਂ ਦੇਖ ਸਕਦੇ ਹੋ ਤੇ ਸ਼ਾਈਨ ਚੈੱਕ ਕਰੋ ਕਿ ਬਾਕੀ ਫਰੂਟਸ ਵੀ ਦੇਖੋ ਕਿੰਨੇ ਫਰੈਸ਼ ਕੇ ਲਿਆਏ ਗਾਈਸ ਜੀ ਤੁਹਾਡੇ ਲਈ ਸਪੈਸ਼ਲ ਪਾਈਨਐਪਲ ਲੱਭ ਕੇ ਲਿਆਏ ਆ ਬਸ ਪਾਈਨਐਪਲ ਜੂਸ ਬਣਾ ਕੇ ਪੀਓਗੇ ਬਹੁਤ ਸਵਾਦ ਪਾਈਨਐਪਲ ਲੱਗਦਾ ਤੁਸੀਂ ਦੇਖ ਸਕਦੇ ਹੋ ਪੀਲਾ ਪਨ ਚੈੱਕ ਕਰ ਸਕਦੇ ਹੋ ਕਲੌਸ ਰੋਲਰ ਦੀ ਜਿਹੜੀ ਜਰਮਨੀ ਦੀ ਬੀਅਰ ਹੈ ਜੋ ਕਿ ਕਾਫੀ ਸਪੈਸ਼ਲ ਉਹ ਵੀ ਇਹਨਾਂ ਕੋਲ ਅਵੇਲੇਬਲ ਜਿਹੜੀ ਮਤਲਬ ਆਈਟਮਸ ਆਪਾਂ ਦੇਖ ਸਕਦੇ ਜਿਹੜੀ ਸਾਨੂੰ ਫੋਰਨ ਚ ਦੇਖਣ ਨੂੰ ਮਿਲੂਗੀਆਂ ਉਹ ਸਾਰੇ ਇੱਦਾਂ ਸ਼ੇਕਸ ਵਗੈਰਾ ਫਰੂਟਸ ਵੈਜੀਟੇਬਲ ਸਭ ਇਹਨਾਂ ਕੋਲ ਗਾਈਜ਼ ਅਵੇਲੇਬਲ ਹੋ ਗਏ ਅਤੇ ਡਰਿੰਕਸ ਵਗੈਰਾ ਇੱਧਰ ਸਾਡੇ ਬੰਦੇ ਖੜੇ ਬਾਈ ਤੁਸੀਂ ਕੀ ਲੈ ਰਹੇ ਹੋ ਬਾਈ ਚਾਰ ਬਕਸ ਦੀ ਕਿਆ ਬਾਤ ਹੈ ਅਮੀਰ ਹੋ ਗਿਆ ਇੱਕ ਦਿੱਕਤ ਹੈਗੀ ਆ ਕੀ ਚੀਜ਼ ਮਹਿੰਗੀ ਬਹੁਤ ਹੈ ਯਾਰ 450 ਕਿਹਨੇ ਦੀ ਮਹਿੰਗੀ ਬਹੁਤ 450 ਦੀ 400 ਸਾਡੇ ਵਿਊਰਸ ਨੂੰ ਯਾਰ ਸਸਤੀ ਦੇਣੀ ਚਾਹੀਦੀ ਸਾਨੂੰ ਸਰਪ੍ਰਾਈਜ਼ ਦੱਸਦੀ ਹੈ ਦੱਸ ਦਿਓ ਗਾਈਜ਼ ਇਹ ਵੀਡੀਓ ਦੇਖ ਕੇ ਜੇ ਇੱਕ ਪ੍ਰੋਮੋ ਕੋਡ ਯੂਜ਼ ਕਰਕੇ ਇੱਧਰ ਆਉਂਦੇ ਹੋ ਇਹਨਾਂ ਦੀ ਆਊਟਲੈਟ ਦੇ ਵਿੱਚ ਤੁਸੀਂ ਇੱਕ ਪ੍ਰੋਮੋ ਕੋਡ ਯੂਜ਼ ਕਰੋਗੇ ਨਿਕ 10 ਅਤੇ ਤੁਸੀਂ ਹਾਂ ਤੁਸੀਂ ਜਿੱਦਾਂ ਔਨਲਾਈਨ ਵਗੈਰਾ ਡਿਲੀਵਰੀ ਕਰ ਰਹੀ ਹੈ ਇੱਧਰ ਸਾਡੇ ਤੁਹਾਨੂੰ ਕੋਡ ਮੈਂਸ਼ਨ ਹੋ ਰਿਹਾ ਹੋਏਗਾ ਤੁਸੀਂ ਇਹਨਾਂ ਦੀ ਵੈਬਸਾਈਟ ਜਾ ਕੇ ਸਿਰਫ ਨਿਕ 10 ਭਰਨਾ ਹੈਗਾ ਅਤੇ ਤੁਹਾਨੂੰ 10% ਡਿਸਕਾਊਂਟ ਮਿਲੇਗਾ ਅਤੇ ਜੇ ਤੁਸੀਂ ਇੱਧਰ ਆਉਂਦੇ ਹੋ ਅਤੇ ਅਗਰ ਪ੍ਰੋਮੋ ਕੋਡ ਜਿੱਦਾਂ ਤੁਹਾਨੂੰ ਪਤਾ ਇੰਸਟੋਰ ਵੈਲਿਡ ਨਹੀਂ ਹੁੰਦਾ ਅਤੇ ਤੁਸੀਂ ਅਗਰ ਕਹੋ ਕਿ ਆਪਾਂ ਨੈਗਟੀਫਾਈ ਤੋਂ ਦੇਖ ਕੇ ਆਏ ਤਾਂ ਤੁਹਾਨੂੰ ਤਾਂ ਵੀ 10-15% ਤੱਕ ਔਫ ਮਿਲ ਜਾਏਗੀ ਅਤੇ ਨਾ ਜਿਹੜੀ ਡਿਲੀਵਰੀ ਹੈ 24/7 ਹੈ ਸਬਜ਼ੀਆਂ ਦੇ ਨਾਲ ਗਾਈ ਜਿੱਦਾਂ ਤੁਹਾਨੂੰ ਹੈਲਦੀ ਸਮਾਨ ਹੀ ਮਿਲੇਗਾ ਜਿੱਦਾਂ ਸਾਡੇ ਲਈ ਆਏ ਕਰੋ ਜੀ ਟੇਸਟਿੰਗ ਕਰੋ ਆਏ ਪਾਏ ਗਏ ਮਸਾਲੇ ਸਹੀ ਯਾਰ ਕਾਫੀ ਅੱਛਾ ਆਪਾਂ ਵੀ ਟੇਸਟ ਕਰਕੇ ਦੱਸ ਦੇ ਤੁਹਾਨੂੰ ਮਤਲਬ ਕਹਿੰਦੇ ਮੈਦਾ ਨਹੀਂ ਹੈਗਾ ਮੈਦੇ ਤੋਂ ਬਿਨਾਂ ਹੀ ਕਾਫੀ ਵਧੀਆ ਲੱਗ ਰਿਹਾ ਮੇਰੇ ਹਿਸਾਬ ਨਾਲ ਤਾਂ ਕਾਫੀ ਵਧੀਆ ਅੱਛਾ ਲੱਗ ਰਿਹਾ ਬਹੁਤ ਸਹੀ ਹੈ ਯਾਰ ਟੇਸਟ ਵੀ ਲਾਲਾ ਚੱਲ ਤੂੰ ਦੱਸ ਟੇਸਟ ਕਰਕੇ ਖਾਣ ਲੱਗੇ ਸਟੈਂਡ ਵਿੱਚ ਕਾਫੀ ਵਧੀਆ ਮਤਲਬ ਹੈਲਦੀ ਸੈਂਡਵਿਚ ਵਿੱਚ ਮਤਲਬ ਬਰੋਕਲੀ ਵਗੈਰਾ ਟੇਸਟ ਆ ਰਿਹਾ ਅਤੇ ਜਿਹੜੀ ਉੱਪਰ ਸਾਰੀ ਸੌਸਿਸ ਹੈ ਸਾਰੀ ਹੈਲਦੀ ਸੌਸਿਸ ਹੈ ਮਤਲਬ ਬਰੋਕਲੀ ਵਗੈਰਾ ਕਾਫੀ ਸਬਜ਼ੀਆਂ ਦੇ ਜਿਹੜੇ ਟੇਸਟ ਆ ਰਹੇ ਅਤੇ ਟੇਸਟ ਥੋੜ੍ਹਾ ਅਲੱਗ ਹੈ ਗਾਈਜ਼ ਇਸ ਸੈਂਡਵਿਚ ਦਾ ਨੰਬਰ 10-9 ਸਹੀ ਹੈ ਕਾਫੀ ਵਧੀਆ ਸੈਂਡਵਿਚ ਹੈ ਅਤੇ ਗਾਈਜ਼ ਇਹ ਸ਼ੈਫ ਦੀਪਕ ਜੀ ਜੋ ਕਿ ਮਤਲਬ ਰੈਸਟੋਰੈਂਟ ਵਗੈਰਾ ਓਪਨ ਕਰ ਰਹੇ ਇਹਨਾਂ ਦਾ ਨੰਬਰ ਤੁਹਾਨੂੰ ਇੱਧਰ ਡਿਸਪਲੇ ਹੋ ਰਿਹਾ ਹੋਣਾ ਮਤਲਬ ਕਿਸੇ ਨੇ ਜਿੱਦਾਂ ਕੋਈ ਰੈਸਟੋਰੈਂਟ ਵਗੈਰਾ ਖੋਲਣਾ ਹੋਵੇ ਇਹਨਾਂ ਨੇ ਹੀ ਬਰਗਰ ਬਣਾਏ ਕਾਫੀ ਵਧੀਆ ਲੱਗ ਰਹੇ ਅਤੇ ਭਾਅ ਜੀ ਮਤਲਬ ਇਹ ਬਰਗਰ 'ਚ ਪਾਇਆ ਕੀ ਹੈ ਤੁਸੀਂ ਓਲੀਵ ਓਇਲ ਸਾਰਾ ਲੱਗਾ ਉਸ ਅੰਦਰ ਹਨੀ ਮਸਟਰਡ ਸੌਸ ਵਗੈਰਾ ਲੱਗੀ ਮਤਲਬ ਪੂਰੇ ਹੈਲਦੀ ਬਰਗਰ ਹੈ ਇਹ ਅੱਛਾ ਇਹ ਸਾਰਾ ਕਨਸੈਪਟ ਯਹਾਂ ਪਰ ਆਪ ਹੀ ਲਾਏ ਹੋ ਅੱਛਾ ਜੀ ਤੇ ਓਕੇ ਫੂਡ ਦਾ ਸਾਰਾ ਕਨਸੈਪਟ ਆਪਕਾ ਹੈ ਤੋ ਮਤਲਬ ਕਿਸੇ ਨੇ ਜਿੱਦਾਂ ਨਵਾਂ ਰੈਸਟੋਰੈਂਟ ਵਗੈਰਾ ਖੋਲਣਾ ਹੋਵੇ ਨਵੇਂ ਕਨਸੈਪਟ ਖੋਲਣਾ ਹੋਵੇ ਸਰ ਦਾ ਨੰਬਰ ਇੱਧਰ ਸ਼ੋਅ ਹੋ ਰਿਹਾ ਹੋਏਗਾ ਤੁਸੀਂ ਇਹਨੂੰ ਕਾਲ ਕਰ ਸਕਦੇ ਹੋ ਅਤੇ ਮਤਲਬ ਇਹਨਾਂ ਦੀ ਮਤਲਬ ਸਲਾਹ ਲੈ ਸਕਦੇ ਹੋ ਅਤੇ ਇਹਨਾਂ ਨੂੰ ਬੁਲਾ ਸਕਦੇ ਹੋ ਓਪਨਿੰਗ ਲਈ ਮਤਲਬ ਰੈਸਟੋਰੈਂਟ ਓਪਨ ਕਰਨ ਲਈ ਜਿੱਦਾਂ ਕਿਸੇ ਨੇ ਨਵੀਂ ਕੈਫੇ ਓਪਨਿੰਗ ਕਰਵਾਉਣੀ ਹੋਵੇ ਜਿੱਦਾਂ ਉਹਨਾਂ ਨੂੰ ਕੋਈ ਟੀਮ ਚਾਹੀਦੀ ਹੈ ਸ਼ੈਫ ਦੀ ਟੀਮ ਚਾਹੀਦੀ ਹੈ ਵੇਟ ਵੇਟਰਸ ਵਗੈਰਾ ਚਾਹੀਦੇ ਉਹ ਸਭ ਕੁਝ ਸਰ ਪ੍ਰੋਵਾਈਡ ਕਰਾ ਦਿੰਦੇ ਆ ਗਾਈਜ਼ ਇਹ ਆ ਜੋ ਕਿ ਸਾਡੇ ਵਿੱਚ ਬਰਗਰ ਤੇ ਹਾਂਜੀ ਭਾਅ ਜੀ ਖਾ ਕੇ ਦੱਸੋ ਕੀ ਰਿਵਿਊ ਹੈ ਤੂੰ ਦੁੱਧ ਵੀ ਕੱਢ ਲੈ ਬਾਹਰ ਮੂੰਹ 'ਚ ਨਾ ਚੱਲ ਜਾਏ ਫਿਰ ਮੈਨੂੰ ਮੇਰੇ ਵਲੌਗ 'ਚ ਆਉਣ ਲਈ ਦਿੱਕਤ ਹੋਏਗੀ ਮੈਂ ਕਿਹੜੇ ਬੰਦੇ ਨਾਲ ਲੈ ਕੇ ਆਊਂਗਾ ਮੈਨੂੰ ਸਮਝ ਨਹੀਂ ਆਏਗਾ ਬਹੁਤ ਜ਼ਿਆਦਾ ਹੈਵੀ ਵੀ ਨਹੀਂ ਹੈਗਾ ਬਹੁਤ ਜ਼ਿਆਦਾ ਲੈਂਦੇ ਇੱਕ ਜੈਨੂਅਨ ਬਰਗਰ ਆ ਕਾਫੀ ਅਫੋਰਡੇਬਲ ਰੇਟ ਦਾ ਮਿਲ ਜਾਏਗਾ ਤੰਦੂਰੀ ਵੀ ਲਗਾਈ ਹੋਈ ਤੰਦੂਰੀ ਕੈਚਅਪ ਵੀ ਲਗਾਈ ਹੋਈ ਔਰ ਚੀਜ਼ ਵੀ ਪ੍ਰੋਪਰ ਲੱਗਾ ਹੋਇਆ ਵਾ ਚੀਜ਼ ਹੈ ਨਾ ਉਹਦਾ ਫਲੇਵਰ ਹੀ ਸਭ ਤੋਂ ਅਲੱਗ ਆ ਰਿਹਾ ਚੀਜ਼ ਦਾ ਫਲੇਵਰ ਬਹੁਤ ਵਧੀਆ ਆ ਰਿਹਾ ਇਹਨੂੰ ਦੋਗਾ ਨਾ ਪੂਰੇ 10-10 ਪਾਏ ਫਰੈਸ਼ ਕੋ ਤਾਂ ਗਾਈ ਤੁਸੀਂ ਆ ਚੁੱਕੇ ਵਾਪਸ ਅਤੇ ਕਾਫੀ ਵਧੀਆ ਐਕਸਪੀਰੀਅੰਸ ਸੀਗਾ ਅਤੇ ਇਸ ਦੇ ਨਾਲ ਖਤਮ ਕਰਦੇ ਵੀਡੀਓ ਨੂੰ ਇੱਧਰ ਹੀ ਤਾਂ ਮਿਲਦਾ ਤੁਹਾਨੂੰ ਅਗਲੀ ਵਾਲੀ ਵੀਡੀਓ ਤੱਕ ਲਈ ਗੁੱਡ ਬਾਏ ਟੇਕ ਕੇਅਰ